ਜੀ ਤਾਣੀ, ਕੀ ਨਾਮ ਹੈ ਤੁਹਾਡਾ? ਸਰਬਜੀਤ ਹੈ ਜੀ। ਅੱਜ ਤੁਸੀਂ ਖੂਹ ਥਾਣੇ ਵਿੱਚ ਧਰਨਾ ਲਾ ਕੇ ਬੈਠੇ ਹੋ, ਹਾਂਜੀ। ਕੀ ਤੁਹਾਡੀ ਮੰਗ ਹੈ? ਸਾਡੀ ਇਹੀ ਮੰਗ ਆ ਵੀ ਉਹਨਾਂ ਮੈਨੂੰ ਸਾਰਿਆਂ ਨੂੰ ਚੱਕਿਆ ਜਾਵੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਵਾ। ਕੀ ਨਾਮ ਜੀ ਉਹਨਾਂ ਦਾ? ਜਾਗਿੰਦਰ ਸਿੰਘ, ਗਗਨਦੀਪ ਸਿੰਘ, ਹਰਮੀਤ ਸਿੰਘ, ਭਗਵੰਤ ਸਿੰਘ, ਇੰਦਰਜੀਤ ਕੌਰ ਤੇ ਨਵਜੋਤ ਕੌਰ ਰੌਕੀ। ਅੱਛਾ, ਤੁਸੀਂ ਧਰਨਾ ਲਾ ਕੇ ਬੈਠੇ ਹੋ, ਮਤਲਬ ਕੀ ਕਾਰਨ ਹੋਇਆ ਸੀਗਾ ਜਿਹੜਾ ਧਰਨਾ ਲਾਉਣ ਦੀ ਤੁਹਾਨੂੰ ਲੋੜ ਪਈ ਹੈ? ਧਰਨੇ ਤੇ ਇਹ ਗੱਲ ਹੋਈ ਹੈ ਵੀਰ ਜੀ, ਪਹਿਲਾਂ ਮੈਨੂੰ ਲੈ ਗਏ ਸੀ, ਪਹਿਲਾਂ ਮੈਂ 12 ਸਾਲ ਪੇਕੀ ਰਹੀ ਹਾਂ, ਕਿਹੜੀ ਪੇਕੇ ਜਗ੍ਹਾ ਜੀ? ਢਿੰਗੜ, ਢਿੰਗੜ ਮੇਰੇ ਪੇਕੇ ਆ, ਪੁੱਲੇ ਸਹੁਰੇ ਆ, ਪੇਕੀ ਰਹੀ ਹਾਂ ਮੈਂ 12 ਸਾਲ। ਮੇਰੇ ਡੈਡੀ ਨੇ ਬੱਚਿਆਂ ਨੂੰ ਪੜ੍ਹਾਇਆ, ਕੇਸਾਂ ਤੇ ਕੇਸ ਵੀ ਝਗੜਿਆ ਸੀ। ਉਦੋਂ ਬਾਅਦ ਜਦੋਂ ਸਾਡਾ ਕੇਸ ਸਿਰੇ ਲੱਗ ਗਿਆ, ਉਹ ਬੰਦਿਆਂ ਨੇ ਸਾਨੂੰ 400 ਵੀ ਕੀਤੀ, ਯਾਦਵਿੰਦਰ ਆ ਕੇ ਸਾਨੂੰ ਲੈ ਗਿਆ, ਅਸੀਂ ਉੱਥੇ ਚਲੇ ਗਏ। ਉਦੋਂ ਬਾਅਦ ਉਹਨਾਂ ਨੇ ਮੇਰਾ ਕੇਸ ਬੰਦ, ਉਦੋਂ ਬਾਅਦ ਉਹਨਾਂ ਨੇ ਸਾਨੂੰ ਅਲੱਗ ਕਰਤਾ, ਕੇਸ ਬੰਦ ਕਰਾਤੇ। ਕੇਸ ਬੰਦ ਕਰਨ ਤੋਂ ਬਾਅਦ ਉਹ ਵੀ ਯਾਦਵਿੰਦਰ ਨੇ ਸਾਨੂੰ, ਨਾਲੇ ਤਾਂ ਨਹੀਂ ਸਾਨੂੰ ਅੱਛਾ, ਗਾਲਾਂ ਤੁਸੀਂ ਮਤਲਬ ਕਹਿੰਦਾ ਰਹੇ ਹੈ, ਤੁਹਾਡੇ ਕਹਿੰਦਾ ਭਾਵ ਤੁਸੀਂ ਆਪਦੇ ਸਹੁਰੇ ਘਰ ਚਲੇ ਗਏ ਸੀ? ਹਾਂਜੀ। ਸਹੁਰੇ ਘਰ ਜਾਣ ਤੋਂ ਬਾਅਦ ਤੁਹਾਨੂੰ ਅਲੱਗ ਕੀਤਾ? ਹਾਂਜੀ, ਮੈਨੂੰ ਅਲੱਗ ਕਰਤਾ ਜਦੋਂ ਕੇਸ ਵਾਪਸ ਲੈ ਲੈਣਾ ਸੀ, ਉਸ ਤੋਂ ਬਾਅਦ ਅਲੱਗ। ਹਾਂਜੀ। ਅੱਛਾ, ਤੁਹਾਨੂੰ ਆਪਣੀਆਂ ਗੱਲਾਂ ਤੇ ਫਰਮਾ ਕੇ ਤੁਹਾਨੂੰ ਕੇਸ ਵਾਪਸ ਕਰਵਾ? ਹਾਂਜੀ, ਸਾਰੇ ਕੇਸ ਸਾਡੇ ਵਾਪਸ ਕਰਤੇ ਤੇ 12 ਸਾਲ ਵੀ ਪਹਿਲਾਂ ਮੈਂ ਪੇਕੀ ਬੈਠੀ ਰਹੀ। ਪੇਕਿਆਂ ਤੋਂ ਬਾਅਦ ਸਾਰਾ ਪਰਿਵਾਰ ਸਹੁਰੇ ਘਰ ਮੈਨੂੰ ਲੈ ਗਏ ਆ ਕੇ। ਜਦੋਂ ਕਿੰਨਾ ਟਾਈਮ ਬਾਅਦ ਪੇਕੀ ਬੈਠੇ ਤੁਸੀਂ? 2 ਸਾਲ ਬਾਅਦ ਹੀ ਆ ਕੇ ਬਹਿ ਗਈ, 3 ਸਾਲਾਂ ਬਾਅਦ ਹੀ। ਹਾਂਜੀ, 12-13 ਸਾਲ ਪੇਕੀ ਬੈਠੀ ਰਹੀ। ਉਦੋਂ ਬਾਅਦ ਸਹੁਰਾ ਪਰਿਵਾਰ ਆ ਕੇ ਜਹਾਜ਼ੇ 'ਚ ਮੈਨੂੰ ਲੈ ਗਏ, ਉਦੋਂ ਬਾਅਦ ਉਹਨਾਂ ਨੇ ਮੈਨੂੰ ਅਲੱਗ ਕਰਤਾ। ਅੱਛਾ, ਕੀ ਕਾਰਨ ਬਣਿਆ ਤੁਹਾਨੂੰ ਜਿਹੜਾ ਪੇਕਿਆ ਕੇ ਰਹਿਣਾ ਪਿਆ? ਤੁਹਾਡੇ ਹਸਬੰਡ ਕੀ ਕੰਮ ਕਰਦੇ ਸੀਗੇ? ਹਸਬੈਂਡ ਖੇਤੀ ਕਰਦੇ ਸੀ, ਨਸ਼ੇ ਪੱਤੇ ਕਰਦੇ ਸੀ ਤੇ ਹੋਰ ਬਗੈਰ ਜਨਾਨੀਆਂ ਨਾਲ ਤੁਰੇ ਫਿਰਦੇ ਸੀ। ਹਾਂਜੀ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਜਦੋਂ ਪੇਕੇ ਆ ਕੇ ਬੈਠੇ? ਪੇਕੇ ਆ ਕੇ ਮੈਨੂੰ ਕੋਈ ਕੁੱਟਦੇ ਮਾਰਦੇ ਸੀਗੇ ਜੀ, ਫਿਰ ਮੈਨੂੰ ਪੇਕੇ ਆ ਕੇ ਬੈਠਣਾ ਪਿਆ, ਘਰੋਂ ਕੱਢ ਦਿੱਤਾ ਸੀ ਸਾਨੂੰ, ਨਾਲੇ ਮੈਨੂੰ ਨਾਲੇ ਮੇਰੇ ਬੱਚਿਆਂ ਨੂੰ। ਕਿੰਨੇ ਬੱਚੇ ਤੁਹਾਡੇ ਜੀ? 2 ਬੱਚੇ ਆ ਜੀ। ਕੀ ਨਾਮ ਉਹਨਾਂ ਦਾ? ਨੈਣ ਸੁੱਖਾ ਜੀ, ਬੇਟੀ ਦਾ ਨਾਮ ਨੈਣ ਸੁੱਖਾ, ਬੇਟੀ ਦਾ ਨਾਮ ਵਿਸ਼ਨੂਰ ਆ ਜੀ। ਹਾਂਜੀ। ਅੱਛਾ, ਉਸ ਤੋਂ ਬਾਅਦ ਤੁਸੀਂ ਸਹੁਰੇ ਕਦੋਂ ਗਏ ਆਪਦੇ? ਸਹੁਰੇ ਮੈਨੂੰ 1.5 ਸਾਲ ਹੋ ਗਿਆ ਸੀ ਗਈ ਨੂੰ। ਹਾਂਜੀ, ਲੈ ਗਏ ਸੀਗੇ ਯਾਦਵਿੰਦਰ ਮੇਰਾ ਜੇਠਾ ਲੈ ਗਿਆ ਸੀਗੀ, ਪੰਚਾਇਤ। ਹਾਂਜੀ, ਪੰਚਾਇਤ ਵੀ ਸੀ ਨਾਲ, ਮਿੰਨਤਾਂ ਕਰਕੇ ਵੈਰੀ ਹੱਥ ਲਾ ਕੇ ਲੈ ਕੇ ਗਏ। ਹਾਂਜੀ, ਉਦੋਂ ਬਾਅਦ ਫਿਰ ਮੇਰੇ ਕੇਸ ਬੰਦ ਕਰਾਤੇ ਜੀ ਉਹਨਾਂ ਨੇ, ਕਹਿੰਦੇ ਤੈਨੂੰ ਅਸੀਂ ਧੀ ਬਣਾ ਕੇ ਰੱਖਾਂਗੇ। ਯਾਦਵਿੰਦਰ ਮੇਰਾ ਜੇਠ ਕਹਿੰਦਾ ਤੈਨੂੰ ਮੈਂ ਧੀ ਬਣਾ ਕੇ ਰੱਖੂ, ਕੋਈ ਨੀ ਸਰਬਜੀਤ ਤੂੰ ਕੇਸ ਬੰਦ ਕਰ ਦੇ, ਤੇ ਆਪਾਂ ਨੂੰ ਜਾਣਾ ਕਰਨਾ ਔਖਾ, ਮੈਥੋਂ ਕੇਸ ਬੰਦ ਕਰਾ ਕੇ। ਉਦੋਂ ਬਾਅਦ ਉਹਨਾਂ ਨੇ ਮੈਨੂੰ ਅਲੱਗ ਕਰਤਾ, 3 ਕਿੱਲੇ ਵਾਹਨ ਦੇ ਦੇਤੇ, ਟਰੈਕਟਰ ਦੇਤਾ, ਸੰਦ ਟਰਾਲੀ ਸਾਰਾ ਹਾਲ, ਜਿਹੜਾ ਸਾਡਾ ਘਰੇ ਸੀ ਸਾਰਾ ਸਮਾਨ ਮੈਨੂੰ ਦੇਤਾ। ਉਦੋਂ ਬਾਅਦ ਸਾਰਾ ਸਮਾਨ ਉਹਨਾਂ ਨੇ ਹੌਲੀ ਹੌਲੀ ਆਪਦੇ ਵੱਲ ਖਿੱਚ ਲਿਆ ਵੀਰ ਜੀ। ਅਸੀਂ ਝੋਨਾ ਲਾਇਆ ਸੀ, ਹਾਂਜੀ, ਜਦੋਂ ਕੇਸ ਬੰਦ ਹੋ ਗਏ ਉਦੋਂ ਬਾਅਦ ਖਿੱਚ ਲਿਆ ਸਮਾਨ, ਫਿਰ ਅਸੀਂ ਝੋਨਾ ਲਾਇਆ, 3 ਕਿੱਲੇ ਸਾਡੇ ਕੋਲੇ ਬਾਂਹਦੇ ਸੀ ਮੈਂ ਤੇ ਮੇਰੇ ਬੇਟਾ। ਹਾਂਜੀ, ਬਦਲ ਗਏ ਜੀ ਕੇਸ, ਝੋਨਾ ਲਾਇਆ ਸੀ ਅਸੀਂ, ਰਾਤ ਨੂੰ ਮਾਂ ਪੁੱਤ ਪਾਣੀ ਲਾਉਂਦੇ ਰਹੇ ਆ। ਮੇਰਾ ਬੇਟਾ 15 ਸਾਲ ਦਾ ਸੀ, 1 ਵਜੇ ਰਾਤ ਨੂੰ ਪਾਣੀ ਬਦਲ ਕੇ ਆਉਂਦੇ ਹੁੰਦੇ ਸੀਗੇ, ਸਪਰੇਹਾਂ ਵੀ ਕਰੀਆਂ ਸੀ, ਸਪਰੇਹਾਂ ਦੇ ਬਿੱਲ ਵੀ ਹੈਗੇ ਸਾਡੇ ਕੋਲੇ, ਝੋਨਾ ਉਹਨਾਂ ਨੇ ਵੱਢ ਲਿਆ। ਉਦੋਂ ਬਾਅਦ ਅਸੀਂ ਕਣਕ ਬਿਜਲੀ ਕੱਟ ਅਸੀਂ ਪਾਣੀ ਦੇ ਰਹੇ ਆ, ਸਪਰੇਹਾਂ ਕਰੀਆਂ, ਹੁਣ ਕਣਕ ਵੀ ਵੱਢ ਲਈ। ਤੁਸੀਂ ਇਹਦੀ ਦਸਤਾਵੇਜ਼ ਦਾ ਦਰਜ ਨਹੀਂ ਕਰਾਈ ਜੀ? ਇਹਦੀ ਨਹੀਂ ਕਰਾਈ। ਸਾਡੀ ਇਹੀ ਮੰਗ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਯਾਦਵਿੰਦਰ, ਗਗਨਦੀਪ ਸਿੰਘ, ਹਰੀ ਸਿੰਘ, ਰੋਹਨ ਸਿੰਘ, ਜਗੀ ਕੌਰ ਤੇ ਨਵ ਕੌਰ ਰੌਕੀ। ਕੀ ਨਾਮ ਆ ਤੁਹਾਡਾ ਜੀ? ਰਾਜਵਿੰਦਰ ਕੌਰ। ਅੱਛਾ, ਕੀ ਮਸਲਾ ਹੋਇਆ ਜੀ ਤੁਸੀਂ ਧਰਨਾ ਲਾ ਕੇ ਬੈਠੇ? ਇਹ ਮਸਲਾ ਵੀਰੇ, ਸਾਡੇ ਚਾਚਾ ਜੀ ਦੀ ਡੈਥ ਹੋਈ ਗਈ ਆ, ਸਾਡੇ ਚਾਚਾ ਜੀ ਦੀ ਡੈਥ ਹੋਈ ਹੋਈ ਆ, ਅਸੀਂ ਉਹਦਾ ਇਨਸਾਫ਼ ਲਈ ਆ, ਤੇ ਇਹ ਮੇਰੀ ਨਣ ਦਾ, ਇਹਦੇ ਸਹੁਰਾ ਪਰਿਵਾਰ ਇਹਨੂੰ ਤੰਗ ਕਰਦੇ ਸੀ, ਉਹ ਤੋਂ ਤੰਗ ਪਰੇਸ਼ਾਨ ਹੋ ਕੇ ਸਾਡੇ ਚਾਚਾ ਜੀ ਨੇ ਇਹ ਕਦਮ ਚੱਕਿਆ, ਜ਼ਹਿਰੀਲੀ ਚੀਜ਼ ਖਾ ਕੇ ਆਪਦਾ ਖੁਦਕੁਸ਼ੀ ਕੀਤੀ ਆ, ਤੇ ਉਹਨਾਂ ਦੀ ਮੌਤ ਦਾ ਇਨਸਾਫ਼ ਨਹੀਂ ਮਿਲ ਰਿਹਾ ਸਾਨੂੰ, ਇਹਦੇ ਸੰਬੰਧ 'ਚ ਅਸੀਂ ਇੱਥੇ ਧਰਨਾ ਲਾਇਆ ਹੋਇਆ ਜੀ। ਕੋਈ ਗੱਲ ਨਹੀਂ, ਅਸੀਂ ਜੀ ਇੱਥੇ ਧਰਨਾ ਲਾ ਕੇ ਬੈਠੇ ਹਾਂ, ਪ੍ਰਸ਼ਾਸਨ ਕੋਲੇ,
ਥਾਣੇ ਦੇ ਵਿੱਚ ਤੇ ਸਾਡੀ ਕਿਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈਗੀ। ਅਸੀਂ ਅੱਜ ਤੋਂ ਤਕਰੀਬਨ 1.5 ਮਹੀਨਾ ਹੋ ਗਿਆ ਸਾਨੂੰ ਖੱਜਲ ਖੁਆਰ ਹੁੰਦਿਆਂ ਨੂੰ, ਸਾਡੇ ਚਾਚਾ ਜੀ ਦੀ ਡੈਥ ਹੋਈ ਵੀ ਆ, ਉਹਦੀ ਡੈਥ ਦਾ ਕੋਈ ਵੀ ਕਲੇਮ ਨਹੀਂ ਕਰ ਰਹੇ ਇਹ। ਉਹਨੇ ਨਾ ਤਾਂ ਸਾਡੀ, ਇਹ ਮੇਰੀ ਨਣਦ ਸਰਬਜੀਤ ਕੌਰ ਇਹਦੇ ਸਹੁਰੇ ਨੂੰ ਤੰਗ ਕਰਦੇ ਸੀ, ਉਹ ਤੋਂ ਤੰਗ ਪਰੇਸ਼ਾਨ ਹੋ ਕੇ ਸਾਡੇ ਚਾਚਾ ਜੀ ਨੇ ਡੈਥ ਕਰ ਲਈ, ਤੇ ਉਹਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਹੈਗਾ। ਅਸੀਂ ਕਿੱਥੇ ਜਾਈਏ, ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ। ਅੱਜ ਦਾ ਪ੍ਰਸ਼ਾਸਨ ਕਹਿੰਦੇ ਆ ਕੋਈ ਵੋਟਾਂ 'ਚ ਜਾਂਦਾ, ਕੋਈ ਕਿਤੇ ਜਾਂਦਾ, ਅਸੀਂ ਵੀ ਤਾਂ ਕੰਮ ਕਰਨੇ, ਅਸੀਂ ਕਿੱਥੇ ਜਾਈਏ, ਅਸੀਂ ਘਰ ਦਾ ਕੰਮ ਕਰੀਏ ਜਾਂ ਅਸੀਂ ਇੱਥੇ ਆ ਕੇ ਬੈਠੀਏ, ਦੱਸੋ ਵੀ ਸਾਨੂੰ, ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ। ਤੇ ਸਾਨੂੰ ਮੰਗ ਹੈ ਵੀ ਸਾਡੀ ਸੁਣਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਇਹਦੇ ਸਹੁਰਾ ਪਰਿਵਾਰ ਨੂੰ। ਤੇ ਅਸੀਂ ਹੁਣ ਇੰਨਾ ਤੰਗ ਪਰੇਸ਼ਾਨ ਹੋਏ ਪਏ ਜੀ, ਜਾਂ ਤਾਂ ਅਸੀਂ ਹੁਣ ਇਹਨਾਂ ਤੋਂ ਤੰਗ ਆ ਕੇ ਕੋਈ ਰੋਡ ਜਾਮ ਕਰਾਂਗੇ, ਜਾਂ ਅਸੀਂ ਥਾਣੇ ਦਾ ਘਿਰਾਓ ਕਰਾਂਗੇ, ਥਾਣਾ ਜਮ੍ਹਾਂ ਬੰਦ ਕਰਾਂਗੇ, ਨਹੀਂ ਫਿਰ ਅਸੀਂ ਤਾਂ ਅਖੀਰ ਇਹੀ ਰਹਿ ਗਿਆ ਵੀ ਅਸੀਂ ਸਾਰਾ ਪਰਿਵਾਰ ਹੁਣ ਆਪਣੇ ਚਾਚਾ ਜੀ ਵਾਂਗੂ ਅਸੀਂ ਵੀ ਖੁਦਕੁਸ਼ੀ ਕਰਨ ਲਈ ਤਿਆਰ ਹੋਏ ਬੈਠੇ ਹਾਂ, ਮਜਬੂਰ ਆ, ਮਜਬੂਰ ਹੋ ਕੇ ਅਸੀਂ ਵੀ ਖੁਦਕੁਸ਼ੀ ਕਰਨ ਲਈ, ਸਾਨੂੰ ਇਹ ਪ੍ਰਸ਼ਾਸਨ ਮਜਬੂਰ ਕਰ ਰਿਹਾ ਗਾ। ਇਸ ਸਾਡੀ ਖੁਦਕੁਸ਼ੀ ਦਾ ਜ਼ਿੰਮੇਵਾਰ ਜੀ ਸਹੁਰਾ ਪਰਿਵਾਰ ਤੇ ਪ੍ਰਸ਼ਾਸਨ ਹੋਊਗਾ, ਤੇ ਦੁਆਰ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ। ਮੌਤ ਦਾ ਜ਼ਿੰਮੇਵਾਰ ਜੀ ਪੁੱਲੇ ਨਾਲੇ ਸਹੁਰਾ ਪਰਿਵਾਰ ਕੁੜੀ ਦਾ ਤੇ ਫੂਲ ਪ੍ਰਸ਼ਾਸਨ, ਇਹ ਸਾਰੇ ਸਾਡੀ ਮੌਤ ਦੇ ਜ਼ਿੰਮੇਵਾਰ ਹੋਣਗੇ। ਹਾਂਜੀ ਵੀਰੇ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਦੀਪ ਸਿੰਘ ਹੈ ਜੀ, ਪਿੰਡ ਮੇਰਾ ਢਿੰਗੜ ਹੈ ਜੀ। ਅੱਛਾ ਬਲਦੀਪ ਜੀ, ਕੀ ਲੱਗਦਾ ਤੁਹਾਡੇ? ਇਹ ਮੇਰੇ ਮਾਸੜ ਜੀ ਹੈ ਜਿਨ੍ਹਾਂ ਦੀ ਡੈਥ ਹੋਈ ਆ, ਤੇ ਇਹਨਾਂ ਦਾ ਪੂਰਾ ਮਸਲਾ ਸੀਗਾ ਜੀ, ਤੇ ਇਹ ਮੇਰੀ ਸਿਸਟਰ ਹੈ ਜੀ, ਇਹਨਾਂ ਦਾ ਪੂਰਾ ਮਸਲਾ ਸੀਗਾ ਜੀ। ਡੈਥ ਹੋਣ ਦਾ ਕੀ ਕਾਰਨ? ਉਹਨਾਂ ਦਾ ਡੈਥ ਹੋਣ ਦਾ ਮੇਨ ਕਾਰਨ, ਇਹ ਮੇਰੀ ਸਿਸਟਰ ਦੇ ਜਿਹੜਾ ਸਹੁਰਾ ਪਰਿਵਾਰ ਆ ਉਹ ਹੈ ਜੀ, ਪੂਰਾ ਬਾਈ ਨੇਮ 6 ਜਾਣਾ ਤੇ ਪਰਚਾ ਗਾ। ਉਹ 6 ਜਾਣਾ ਦੇ ਵਿੱਚੋਂ 2 ਜਾਣੇ ਇਹ ਪੁਲਿਸ ਨੇ ਅਰੈਸਟ ਕੀਤੇ ਆ ਕਿ ਜਿਹੜੇ ਕਿ ਬਿਲਕੁਲ ਬੇਲੋੜੇ ਆ, ਉਹ ਨਸ਼ਾ ਪੱਤਾ ਕਰਦੇ ਆ, ਉਹਨੂੰ ਘਰੇ ਵੀ ਉਹ ਵਾਧੂ ਸੀਗੇ, ਉਹਨਾਂ ਨੇ ਇਹ ਅਰੈਸਟ ਕਰਤੇ। ਜਿਹੜੇ ਮੇਨ ਵਿਟਨੈਸ ਆ ਜਿਵੇਂ ਯਾਦਵਿੰਦਰ ਸਿੰਘ ਜਾਦੂ ਆ ਤੇ ਭਗਵੰਤ ਸਿੰਘ ਜਿਹੜਾ ਬੁੜਾ ਹੈਗਾ ਉਹ ਹੈ ਜੀ, ਉਹ ਦੋਨੇ ਜਾਣੇ ਆਰਾਮ ਨਾਲ ਪੁੱਲੇ ਵਿਖੇ ਘੁੰਮ ਰਹੇ ਆ ਜੀ। ਉਹਨਾਂ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ, MLA ਸਾਹਿਬ ਤੋਂ ਵੀ ਅਸੀਂ ਬਹੁਤ ਵਾਰੀ ਫੋਨ ਕਰਾ ਕੇ ਤੱਕ ਚੁੱਕੇ ਹਾਂ, ਭਗਵੰਤ ਮਾਨ ਦੀ ਮਾਂ ਨੇ ਖੁਦ 2 ਵਾਰੀ ਫੋਨ ਕਰਾਇਆ, ਚੀਮਾ ਸਾਹਿਬ ਤੋਂ ਫੋਨ ਕਰਾ ਚੁੱਕੇ ਹਾਂ, ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਅੱਜ 1 ਮਹੀਨਾ 10-11 ਦਿਨ ਹੋ ਗਏ, ਤਾਂ ਕਰਕੇ ਅਸੀਂ ਇਸ ਤੇ ਧਰਨਾ ਲਾਉਣ ਲਈ ਮਜਬੂਰ ਹੋਏ ਹਾਂ, ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ। ਇਹ ਮੇਰੀ ਸਿਸਟਰ ਦਾ ਜਿਹੜਾ ਪੂਰਾ ਮਸਲਾ ਹੈਗਾ, ਇਹ ਪਹਿਲਾਂ ਇਹਨਾਂ ਦਾ 12-13 ਸਾਲ ਕੇਸ ਚੱਲਦਾ ਰਿਹਾ ਜੀ। ਜਦੋਂ ਕੇਸ ਚੱਲਦਾ ਰਿਹਾ ਸਾਰਾ, ਵਿਆਹ 2006 ਦੇ ਵਿੱਚ ਹੋਇਆ ਸੀਗਾ ਜੀ। ਬੱਚੇ 2 ਹੈ ਜੀ, ਇੱਕ ਲੜਕੀ ਹੈ ਤੇ ਇੱਕ ਲੜਕਾ ਹੈ ਜੀ। ਉਹਨਾਂ ਦੀ ਲੜਕੇ ਦੀ ਉਮਰ 15 ਸਾਲ ਆ, ਕੁੜੀ ਦੀ ਉਮਰ 18 ਸਾਲ ਹੈ ਜੀ। ਉਹ ਇਹਨਾਂ ਕੋਲ ਹੀ ਹੈ ਜੀ, ਪਹਿਲਾਂ ਵੀ ਇੱਥੇ ਰਹਿੰਦੇ ਸੀਗੇ, ਇਹਨਾਂ ਦੇ ਫਾਦਰ ਸਾਹਿਬ ਨੇ ਪੜ੍ਹਾਏ ਆ ਬੱਚੇ, ਸਾਰੀ ਉਹਨਾਂ ਦੀ ਕੇਅਰ ਕੀਤੀ ਹੈ ਜੀ। ਨਾਨਾ ਜੀ ਨੇ ਪੜ੍ਹਾਇਆ ਜੀ, ਸਾਰਾ ਕੁਝ ਉਹਨਾਂ ਦਾ ਨਾਨਾ ਜੀ ਨੇ ਕਰਿਆ। ਇਹਦਾ ਵੀ ਖਰਚਾ ਮੰਨ ਲਓ ਬੱਚਿਆਂ ਦੇ ਨਾਨਾ ਜੀ ਚੱਕਦੇ ਰਹੇ ਆ। ਜਦੋਂ ਇਹ ਪੂਰਾ ਮੰਨ ਲਓ ਸਾਡਾ ਕੋਰਟ ਦੇ ਵਿੱਚ ਅਸੀਂ ਕੇਸ ਲਾਤਾ, ਕੇਸ ਸਾਡਾ ਚੱਲਦਾ ਰਿਹਾ, ਜਦੋਂ ਕੇਸ ਜਮ੍ਹਾਂ ਸਾਡਾ ਨਿਬੜ ਗਿਆ, ਕੋਰਟ ਨੇ ਨੋਟਿਸ ਕੱਢਤਾ, ਉਹਨਾਂ ਨੂੰ 7,92,000 ਰੁਪਇਆ ਜੁਰਮਾਨਾ ਪਾਤਾ ਸੀ, ਤੇ ਉਹਨਾਂ ਨੂੰ ਬਾਈ ਨੇਮ ਉਹਨਾਂ ਦੀ ਸਜ਼ਾ ਹੁੰਦੀ ਸੀ ਜਿੰਨੀ ਉਹਨਾਂ ਦੀ ਬਣਦੀ ਸੀ। ਤਾਂ ਉਹਨਾਂ ਨੇ ਇੱਕ ਪਲਾਨ ਕੀਤਾ, ਉਹਨਾਂ ਨੇ ਬਰਿਆਪ ਦਵਾ ਕੇ ਕੁੜੀ ਦੇ ਜੇਠ ਨੇ ਯਾਦਵਿੰਦਰ ਸਿੰਘ ਨੇ ਸਾਨੂੰ ਸਾਰੇ ਪਰਿਵਾਰ ਨੂੰ ਆਪਦੇ ਝਾਸੇ 'ਚ ਲੈ ਕੇ ਸਾਡੇ ਪੈਰੀ ਹੱਥ ਲਾ ਕੇ ਤੇ ਕੁੜੀ ਨੂੰ ਆਪਦੇ ਪਿੰਡ ਲੈ ਗਿਆ। ਮੰਨ ਲਓ ਇਹ ਆਪਦੇ ਸਹੁਰੇ ਚਲੀ ਗਈ, ਉਹਨਾਂ ਨੇ ਸਾਰਾ ਕੁਛ ਵਧੀਆ ਉੱਥੇ ਰੱਖਿਆ ਜੀ, 3 ਮਹੀਨੇ ਵਧੀਆ ਉਹ ਕਰਿਆ। ਜਦੋਂ ਅਸੀਂ ਮੰਨ ਲਓ ਉਹਨਾਂ ਨੇ ਕੇਸ ਕੋਰਟ ਦੇ ਵਿੱਚ 3 ਮਹੀਨਿਆਂ ਬਾਅਦ ਤਰੀਕ ਪਈ, ਸਾਰੇ ਕੇਸ ਸਾਤੋਂ ਵਾਪਸ ਦਵਾ ਲਏ, ਹਾਸੀ ਖੇਡੀ ਸਾਨੂੰ ਸਾਰਾ ਕੁਛ ਕਰਕੇ ਸਾਰੇ ਕੇਸ ਸਾਤੋਂ ਵਾਪਸ ਦਵਾ ਲਏ। ਕੇਸ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਫਿਰ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ। 8 ਦਿਨ ਇੰਨੀ ਗਰਮੀ ਦੇ ਵਿੱਚ ਉਹਨਾਂ ਦੇ ਘਰੋਂ, ਯਾਦਵਿੰਦਰ ਸਿੰਘ ਦੇ ਘਰੋਂ ਲਾਈਟ ਆਉਂਦੀ ਸੀ ਉੱਪਰੋਂ ਕੋਠੇ ਦਾ ਹੀ, 8 ਦਿਨ ਸਾਡੀ ਲਾਈਟ ਕੱਟੀ ਰੱਖੀ ਇਹਨਾਂ ਨੇ, ਬਗੈਰ ਲਾਈਟ ਤੋਂ, ਬਗੈਰ ਪਾਣੀ ਤੋਂ, ਪਸ਼ੂ ਪਾਣੀ ਬਿਨਾਂ ਧਿਆਏ ਮਰ ਗਏ। ਤਾਂ ਇਹਨਾਂ ਨੇ ਉਵੇਂ 8 ਦਿਨ ਬਗੈਰ ਲਾਈਟ ਤੋਂ ਕੱਟੇ ਜੀ।
ਇਸ ਤੋਂ ਬਾਅਦ ਜਦੋਂ ਅਸੀਂ ਕੇਸ ਵਾਪਸ ਲੈ ਲਏ ਸਾਰਾ ਕੁਛ ਹੋ ਗਿਆ ਜੀ, ਤਾਂ ਉਹਨਾਂ ਨੇ ਤੰਗ ਪਰੇਸ਼ਾਨ ਕਰਤਾ ਸੀ ਐਸ ਐਸ ਪੀ ਦੇ, 1 ਅਪ੍ਰੈਲ ਨੂੰ ਉੱਥੇ ਅਰਜੀ ਦਿੱਤੀ, ਉਹਦੀ ਬਠਿੰਡੇ ਦਿੱਤੀ ਜੀ, ਉਹਦੀ ਵੀ ਕੋਈ ਸੁਣਵਾਈ ਨਹੀਂ ਹੋਈ ਜੀ। ਇਸ ਤੋਂ ਬਾਅਦ ਯਾਦਵਿੰਦਰ ਸਿੰਘ ਨੂੰ ਜਦੋਂ ਪਤਾ ਲੱਗ ਗਿਆ ਵੀ ਅਸੀਂ ਅਰਜੀ ਦਿੱਤੀ ਆ, ਤਾਂ ਉਹ ਬੰਦੇ ਨੇ ਰਾਤ ਨੂੰ ਦਾਰੂ ਪੀ ਕੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਮੇਰੀ ਸਿਸਟਰ ਨੂੰ, ਮੇਰੇ ਭਾਣਜਾ ਨੂੰ, ਭਾਣਜੀ ਨੂੰ, ਸਾਡੇ ਸਾਰੇ ਪਰਿਵਾਰ ਨੂੰ, ਮਾਸੀ ਨੂੰ, ਮਾਸੜ ਨੂੰ, ਸਾਰੀ ਰਾਤ ਉਹ ਬੰਦੇ ਨੇ ਗਾਲਾਂ ਕੱਢੀਆਂ ਜੀ। ਬੱਚੇ ਨੇ ਗਾਲਾਂ ਰਿਕਾਰਡ ਕੀਤੀਆਂ, ਸਾਡੇ ਕੋਲ ਰਿਕਾਰਡਿੰਗ ਪਈ ਆ, ਸਾਨੂੰ ਸਾਰੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਤੇ ਇਸ ਤੋਂ ਬਾਅਦ ਜਦੋਂ ਇਹ ਮੇਰੇ ਮਾਸੜ ਜੀ ਨੇ ਇਹ ਖਬਰ ਮੰਨ ਲਓ ਸੁਣੀ ਵੀ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਯਾਰ, ਸਾਰੇ ਤਾਈਂ ਅਸੀਂ ਜਾ ਆਏ, ਪਹਿਲਾਂ ਦੁਬਾਰੇ ਕੇਸ ਲਾਉਣਾ ਪਊ, ਇੰਨਾ ਟਾਈਮ ਲੰਘੂਗਾ, ਐਸ ਐਸ ਪੀ ਨੇ ਕੋਈ ਸੁਣਵਾਈ ਨਾ ਕਰੀ, ਇਹ ਦਾਰੂ ਪੀ ਕੇ ਗਾਲਾਂ ਕੱਢਣ ਲੱਗ ਗਿਆ, ਤਾਂ ਉਹਨੇ ਡਿਪਰੈਸ਼ਨ 'ਚ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਉਹ ਨੋਟ ਲਿਖ ਕੇ ਗਿਆ ਜੀ, ਸੁਸਾਈਡ ਨੋਟ ਆ ਸਾਡੇ ਕੋਲ 5 ਪੇਜਾਂ ਦਾ, ਉਹਦੇ ਵਿੱਚ ਹੈਗਾ ਜੀ ਮੌਜੂਦਾ ਸਾਡੇ ਕੋਲ ਫੋਟੋਆਂ ਗਈਆਂ, ਓਰਿਜਨਲ ਥਾਣੇ ਦੇ ਵਿੱਚ ਐਫਰ ਦੇ ਨਾਲ ਲੱਗਿਆ ਹੋਇਆ ਹੈਗਾ, ਤੇ ਵੀਡੀਓ ਬਣਾ ਕੇ ਗਿਆ ਫੋਨ ਦੇ ਵਿੱਚ, ਵੀਡੀਓ ਸਾਡੇ ਕੋਲੇ ਮੌਜੂਦ ਆ ਫੋਨ 'ਚ, ਮਰਨ ਲੱਗਿਆ ਸਭ ਦੇ ਨਾਮ ਪਤਾ ਜੀ, ਸਾਰੇ ਇਹਦੇ ਸਹੁਰੇ ਪਰਿਵਾਰ ਦੇ ਨਾਮ ਲੈ ਕੇ ਗਿਆ ਵੀ ਆਹ ਬੰਦਿਆਂ ਤੋਂ ਮੈਂ ਤੰਗ ਪਰੇਸ਼ਾਨ ਹੋ ਕੇ ਉਹ ਕਰਦਾ। ਬਾਕੀ ਜਦੋਂ ਲੈ ਕੇ ਗਏ ਉਹਨਾਂ ਨੇ ਇਹ ਬਸ ਤੋਂ ਲਟਵਾ ਇਹਨੂੰ ਅੱਡ ਕਰ, ਹਾਂਜੀ ਸਾਡੇ ਮਕਸਦ ਇਹ ਹੈ ਜੀ, 1.25 ਮਹੀਨੇ ਤੋਂ ਉੱਪਰ ਹੋ ਗਿਆ, ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ, ਜਾਨੂੰ ਧਰਨਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ, ਸਾਰੇ ਬੰਦੇ ਅਰੈਸਟ ਕੀਤੇ, ਕਾਨੂੰਨ ਉਹਨਾਂ ਨੂੰ ਆਪਦੀ ਕਾਰਵਾਈ ਦਿੰਦਾ ਜਦੋਂ ਸਾਡੇ ਬੰਦੇ ਨਹੀਂ ਫੜਿਆ ਜਾ, ਤਾਂ ਕਰਕੇ ਅਸੀਂ ਧਰਨਾ ਲਾਉਣ ਲਈ ਮਜ਼ਬੂਰ ਪਤਾ ਹੋਏ ਨੂੰ ਐ ਮਾਰ, ਹਾਂ 1.5 ਮਹੀਨਾ, 1-9 ਮਹੀਨਾ, 9-10 ਦਿਨ ਹੋ ਗਏ ਸਰਕਾਰ ਨੂੰ ਬੱਚਾ ਦੱਸਿਆ ਸੀ ਕਰਦੇ ਆ ਜੀ। ਸਾਡੇ ਪੁਲਿਸ ਦੀ ਕਮੀ ਹੈ ਜੀ, ਅੱਜ ਸੀਐਮ ਵਾਲਾ, ਅੱਜ ਡੀਸੀ ਵਾਲਾ, ਪੁਲਿਸ ਸੋਹਣਾ ਲੱਗੀ ਹੋਈ ਆ, ਅੱਜ ਅਸੀਂ ਕਰੇ ਆ ਤੇ ਪਰ ਕੋਈ ਬੰਦਾ ਫੜਿਆ ਨਹੀਂ ਜਾਂਦਾ ਜੀ, ਸਾਡੀ ਕੋਈ ਕਿਤੇ ਕੋਈ ਸੁਣਵਾਈ ਨਹੀਂ ਹੋਈ, ਸਾਰੀ ਅਸੀਂ ਮੈਨੂੰ ਮੇਰੇ ਪੇ ਭਗਵੰਤ ਦੀ ਮਾਂ ਤੋਂ ਕੋਈ ਬੰਦਾ ਨਹੀਂ ਜੀ, ਪਰ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ, ਹਾਨੀ ਸਰ ਨੂੰ ਅਸੀਂ ਸਭ ਤੋਂ ਤੰਗ ਧਾਰਨ ਲਈ ਮਜਬੂਰ ਹੋਏ ਆ, ਸਾਡਾ ਵੀ ਜਿੱਦਾਂ ਡਿਗਰੀ ਪੇਜ ਬੈਨ ਨੂੰ ਕੀ ਕਰਦਾ ਰੈਸਟ ਨਹੀਂ ਹੁੰਦੇ ਸਾਡੇ, ਸਾਨੂੰ ਮਿਲਦਾ ਉਹ ਅਸੀਂ ਰਾਤ ਅਣਵੇਂ ਸਮੇਂ ਧਰਨਾ।